ਇਹ ਜਿੱਥੇ ਅਸੀਂ ਖੜ੍ਹੇ ਹਾਂ ਜਿਸ ਪ੍ਰਾਪਰਟੀ ਦੇ ਸਾਹਮਣੇ ਹੈਗਾ ਨੰਬਰ 5 ਨੰਬਰ 5 ਵੁੱਡ ਸਟਰੀਟ ਸੈਨ ਫ੍ਰਾਂਸਿਸਕੋ ਦੇ ਵਿੱਚ ਹੈ ਇਹ ਗਦਰ ਪਾਰਟੀ ਦਾ ਸੈਕਿੰਡ ਹੈੱਡਕੁਆਰਟਰ ਸੀ ਜਿੱਥੇ ਕਿ ਇੱਥੋਂ 1917 'ਚ ਇੱਥੇ ਮੂਵ ਹੋਏ ਸੀਗੇ ਅਤੇ ਗਦਰੀ ਬਾਬੇ ਨੇ ਘਰ ਆਪ ਮੁੱਲ ਲਿਆ ਸੀਗਾ ਇਹਦਾ ਜਿਹੜਾ ਫਸਾਡ ਹੈ ਇਹਦਾ ਸਾਹਮਣਾ ਹੈ ਬੜਾ ਕਾਫੀ ਚੇਂਜ ਹੋ ਗਿਆ ਬਦਲਤਾ ਸੀ ਲੋਕਾਂ ਨੇ ਜਿਹਨਾਂ ਨੇ ਬਾਅਦ 'ਚ ਚਲਾਇਆ ਇਸ ਘਰ ਨੂੰ ਅਤੇ ਪਹਿਲਾਂ ਕੁਛ ਹੋਰ ਤਰ੍ਹਾਂ ਸੀ ਬੜੀ ਪੁਰਾਣੀ ਬਿਲਡਿੰਗ ਸੀ ਇੱਥੇ ਅੱਜ ਕੱਲ੍ਹ ਇਹ ਬਿਲਡਿੰਗ ਇੰਡੀਅਨ ਗਵਰਨਮੈਂਟ ਦੇ ਹੱਥੇ ਵਿੱਚ ਆ ਇੰਡੀਅਨ ਗਵਰਨਮੈਂਟ ਦੇ ਕਬਜ਼ੇ ਉਹ ਚਲਾਉਂਦੇ ਨੇ ਇਹਨੂੰ ਅਤੇ ਬਾਕੀ ਇਹਦਾ ਕੁਛ ਚੱਲ ਰਿਹਾ ਕੋਈ ਜਿਹੜਾ ਕਿ ਕਹਿੰਦੇ ਨੇ ਕਿ ਇਹਨੂੰ ਰਿਸਟੋਰ ਕਰਨਾ ਜਿਸ ਤਰ੍ਹਾਂ ਉਸ ਸਮੇਂ 'ਤੇ ਘਰ ਸੀਗਾ ਉਸ ਤਰ੍ਹਾਂ ਦਾ ਫਰੰਟ ਬਣਾਉਣਾ ਮੁੜ ਕੇ ਫਿਰ ਅਤੇ ਹੋਪਫੁਲੀ ਇੱਕ ਦਿਨ ਕਰਨਗੇ ਇੰਡੀਅਨ ਗਵਰਨਮੈਂਟ ਕੁਛ ਨਾ ਕੁਛ ਕਰੇਗੀ ਹਾਂ ਇਹ ਉਹ ਜਗ੍ਹਾ ਹੈ ਜਿੱਥੇ ਕਿ ਗਦਰ ਪਾਰਟੀ ਦਾ ਹੈੱਡਕੁਆਰਟਰਸ 1917 ਤੋਂ ਲੈ ਕੇ ਇੰਡੀਪੈਂਡੈਂਸ ਦਾ ਆਜ਼ਾਦੀ ਤੱਕ ਆਪਰੇਸ਼ਨ ਇੱਥੋਂ ਚੱਲ ਰਹੇ ਸੀਗੇ ਕਰਤਾਰ ਸਿੰਘ ਸਰਾਭਾ ਅਮੈਰੀਕਾ ਵਿੱਚ ਪੜ੍ਹਨ ਆਇਆ ਸੀ ਬਰਕਲੀ ਯੂਨੀਵਰਸਿਟੀ ਪੜ੍ਹਨਾ ਕੀ ਚਾਹੁੰਦਾ ਸੀ ਐਰੋਨੋਟੀਕਲ ਇੰਜੀਨੀਅਰਿੰਗ ਪਲੇਨਸ ਬਾਰੇ 15.5 ਸਾਲ ਦੀ ਉਮਰ ਦੇ ਵਿੱਚ 1912 'ਚ ਹਾਲਾਂਕਿ ਉਹ ਤੋਂ 3-4 ਸਾਲ ਹੀ ਪਹਿਲਾਂ ਰਾਈਟ ਬ੍ਰਦਰਸ ਨੇ ਪਲੇਨ ਉਡਾਇਆ ਪਹਿਲੀ ਵਾਰੀ ਜਿਹੜਾ ਕਿ ਹਿਸਟਰੀ ਕਹਿੰਦੀ ਹੈ ਕਿ ਰਾਈਟ ਬ੍ਰਦਰ ਉਹ ਦਾ ਫਸਟ ਵਨ ਜਾਨੀ ਕਿ ਪਹਿਲਾਂ ਪਲੇਨ ਉਡਾਇਆ ਅਤੇ 3-4 ਸਾਲ ਵਧਾ ਦੇਖੋ ਇੰਡੀਆ ਦੇ ਵਿੱਚ ਹਿੰਦੁਸਤਾਨ 'ਚ ਬੈਠਾ ਪੰਜਾਬ ਦੀ ਧਰਤੀ 'ਚ ਬੈਠਾ ਉੜੀਸਾ ਵੀ ਰਿਹਾ ਕੁਛ ਦੇਰ ਆਪਣੇ ਚਾਚਿਆਂ ਕੋਲ ਐਡਾ ਬੜਾ ਸੁਪਨਾ ਲੈ ਲਿਆ ਕਿ ਮੈਂ ਅਮੈਰੀਕਾ ਜਾ ਕੇ ਬਰਕਲੀ ਯੂਨੀਵਰਸਿਟੀ ਜਾ ਕੇ ਪੜ੍ਹਨਾ ਅਤੇ ਪੜ੍ਹਨਾ ਵੀ ਐਰੋਨੋਟੀਕਲ ਇੰਜੀਨੀਅਰਿੰਗ ਅਤੇ ਪਲੇਨ ਮੈਂ ਚਲਾਉਣੇ ਉਡਾਉਣੇ ਸਿੱਖਣੇ ਨੇ ਕਿੱਡਾ ਬੜਾ ਸੁਪਨਾ ਉਹਨੇ ਸਿੱਖੇ ਵੀ ਕਿਹਾ ਜਾਂਦਾ ਕਿ ਹਿਸਟਰੀ ਦੇ ਵਿੱਚ ਕਿ ਆਪਣਾ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਾਇਲਟ ਜਿਹਨੂੰ ਕਹਿੰਦੇ ਨੇ ਸਰਾਭਾ ਹੋਇਆ ਕਰਤਾਰ ਸਿੰਘ ਸਰਾਭਾ ਹੋਇਆ ਹੋ ਸਕਦਾ ਇਹਦੇ ਬਾਰੇ ਡਿਸਪਿਊਟ ਵੀ ਹੋਣ ਵੀ ਹੋਰ ਵੀ ਕੋਈ ਹੋਏਗਾ ਪਰ ਮੇਰੇ ਖਿਆਲ ਨਾਲ ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਾਇਲਟ ਹੋਇਆ ਇਹ ਉਹਦਾ ਇਹ ਰੈਕਡ ਹੈ ਇਹ ਮੇਰੇ ਪਿੱਛੇ ਜਿਹੜਾ ਗੇਟ ਹੈ ਇਹ ਉਹ ਪਾਗਾਂ ਵਾਲਾ ਗੇਟ ਆ ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ 1912 ਦੇ ਵਿੱਚ 1912 'ਚ ਇਹਦੇ ਵਿੱਚ ਦੀ ਨਿਕਲ ਕੇ ਗਿਆ ਸੀ ਬਰਕਲੀ ਯੂਨੀਵਰਸਿਟੀ ਐਡਮਿਸ਼ਨ ਲੈਣ ਇਹ ਬਰਕਲੀ ਯੂਨੀਵਰਸਿਟੀ ਦਾ ਮੇਨ ਗੇਟ ਹੈ ਇਹਦੇ ਵਿੱਚ ਅੱਜ ਵੀ ਦੇਖੋ ਪਿੱਛੇ ਅੱਜ ਵੈਸੇ ਯੂਨੀਵਰਸਿਟੀ ਬੰਦ ਆ ਫਿਰ ਵੀ ਇੰਨੇ ਲੋਕ ਜਾ ਰਹੇ ਨੇ ਅੰਦਰ ਇਸ ਮੇਨ ਗੇਟ ਦੇ ਥਰੂ ਕਿ ਬੱਚੇ ਨੇ ਸਟੂਡੈਂਟਸ ਨੇ ਕੋਈ ਇੱਥੇ ਦੇਖਣ ਦਾ ਕੋਈ ਪੜ੍ਹਨ ਦਾ ਉਹ ਪਾਗਾਂ ਵਾਲਾ ਗੇਟ ਹੈ ਜਿੱਥੇ ਸਾਡਾ ਕਰਤਾਰ ਸਿੰਘ ਸਰਾਭਾ ਇਹਦੇ ਵਿੱਚ ਦੀ ਅੰਦਰ ਜਾ ਕੇ ਬਰਕਲੀ ਯੂਨੀਵਰਸਿਟੀ ਐਡਮਿਸ਼ਨ ਲੈਣ ਗਿਆ ਸੀ ਇਹ ਕਲੋਕ ਟਾਵਰ ਵੀ ਉਸ ਸਮੇਂ ਦਾ ਹੈ ਜਦੋਂ ਕਰਤਾਰ ਸਿੰਘ ਸਰਾਭਾ ਇੱਥੇ ਪੜ੍ਹਨ ਆਇਆ ਬਰਕਲੀ ਯੂਨੀਵਰਸਿਟੀ ਕੈਂਪਸ 'ਤੇ ਆਇਆ ਹੋ ਸਕਦਾ ਕਰਤਾਰ ਸਿੰਘ ਸਰਾਭਾ ਇੱਥੇ ਖੜ੍ਹ ਕੇ ਇੱਥੇ ਟਾਈਮ ਜ਼ਰੂਰ ਦੇਖਿਆ ਹੋਗਾ ਇਹ ਜਦੋਂ ਗਦਰ ਮੂਵਮੈਂਟ ਸ਼ੁਰੂ ਹੋਈ ਗਦਰ ਮੂਵਮੈਂਟ ਦੀ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਆਸਟੋਰੀਆ ਔਰਗਨ ਔਰਗਨਿਕ ਸਟੇਟ ਆਪਣੀ ਸਟੇਟ ਯੂ ਐੱਸ ਏ ਦੀ ਆਸਟੋਰੀਆ ਇੱਕ ਛੋਟਾ ਜਿਹਾ ਟਾਊਨ ਹੈ ਕੋਸਟਲ ਟਾਊਨ ਇਸ ਤਰ੍ਹਾਂ ਸੈਨ ਫ੍ਰਾਂਸਿਸਕੋ ਦਾ ਆਪਣਾ ਏਂਜਲ ਆਈਲੈਂਡ ਇਸ ਤਰ੍ਹਾਂ ਇਸ ਤੋਂ ਥੋੜ੍ਹਾ ਵੱਡਾ ਹੈ ਉੱਥੇ ਆਪਣੇ ਲੋਕ ਰਹਿੰਦੇ ਸੀ ਅਤੇ ਉੱਥੇ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ 1913 ਦੇ ਵਿੱਚ ਅਤੇ ਉੱਥੋਂ ਗਦਰ ਮੂਵਮੈਂਟ ਦੀ ਸ਼ੁਰੂਆਤ ਹੋਈ ਅਤੇ ਉਸੇ ਮੀਟਿੰਗ 'ਤੇ ਇਹ ਡਿਸਾਈਡ ਕੀਤਾ ਗਿਆ ਸੀ ਇੱਕ ਮੁੱਦਾ ਪਾਸ ਕੀਤਾ ਗਿਆ ਸੀ ਕਿ ਆਪਾਂ ਇੱਕ ਪੇਪਰ ਛਾਪੀਏ ਨਿਊਜ਼ ਪੇਪਰ ਜਿਹੜਾ ਕਿ ਦੁਨੀਆ ਭਰ 'ਚ ਭੇਜਿਆ ਜਾਏ ਵੰਡਿਆ ਜਾਏ ਅਤੇ ਇਹਦੀ ਡਿਊਟੀ ਲਾਈ ਸੀ ਲਾਲਾ ਹਰਦਿਆਲ ਦੀ ਕਿ ਲਾਲਾ ਹਰਦਿਆਲ ਜਿਹੜਾ ਕਿ ਪੜ੍ਹਿਆ ਲਿਖਿਆ ਸੀ ਪ੍ਰੋਫੈਸਰ ਸੀ ਸਟੈਨਫੋਰਡ ਯੂਨੀਵਰਸਿਟੀ 'ਚ ਉਸ ਟਾਈਮ 'ਤੇ ਵੀ ਤੂੰ ਪੇਪਰ ਦਾ ਆਗੂ ਹੈ ਤੂੰ ਛਾਪੇਗਾ ਪੇਪਰ ਉਹ ਪੈਸੇ ਇਕੱਠੇ ਕੀਤੇ ਨਹੀਂ ਬੜਿਆਂ ਨੇ ਆਪਣੇ ਬਾਕੀ ਪੰਜਾਬੀ ਸੀਗੇ ਸਭ ਫਾਰਮਾਂ 'ਚ ਕੰਮ ਕਰਦੇ ਸੀਗੇ ਮਿੱਲਾਂ 'ਚ ਕੰਮ ਕਰਦੇ ਸੀ ਹਾਰਡ ਵਰਕ ਕਰਕੇ ਕਮਾਈ ਕੀਤੀ ਹੋਈ ਸੀ ਉਹ ਪੈਸੇ ਸਰਾਭੇ ਨੇ ਤਾਂ ਆਪਣੇ ਸਕੂਲ ਦੀ ਫੀਸ ਜਿਹੜੀ ਕਿ ਨਾਲ ਲੈ ਕਰਾਇਆ ਸੀ ਅਤੇ ਬਾਬੇ ਨੇ ਉਹਨੂੰ $200 ਦਿੱਤਾ ਸੀ ਉਹ ਵੀ ਦੇ ਦਿੱਤੀ ਸੀ ਇਹਨੇ ਉਹ ਫੰਡ ਨੂੰ ਆਪਣੀ ਫੀਸ ਸਕੂਲ ਦੀ $200 ਦਿੱਤਾ ਸੀ ਇਹਨੇ ਪਰ ਉਹ ਕਾਫੀ ਵਕਤ ਨਿਕਲ ਗਿਆ ਲਾਲਾ ਹਰਦਿਆਲ ਨੇ ਕੁਛ ਕੀਤਾ ਨਹੀਂ ਬੜਾ ਥੋੜ੍ਹਾ ਲੇਜ਼ੀ ਸੀ ਬੰਦਾ ਉਹ ਅਤੇ ਬਾਅਦ ਦੇ ਵਿੱਚ ਫਿਰ ਇਹੋ ਡਿਊਟੀ ਇਹ ਸਰਾਭੇ ਨੂੰ ਦਿੱਤੀ ਗਈ ਸੀ ਸਮਾਰਟ ਸੀ ਪੜ੍ਹਿਆ ਲਿਖਿਆ ਸੀ ਲਿਖਦਾ ਬਹੁਤ ਸੋਹਣਾ ਸੀ ਸੋਹਣ ਸਿੰਘ ਭਖਣਾ ਜੋ ਕਿ ਗਦਰ ਮੂਵਮੈਂਟ ਦੇ ਪ੍ਰੈਜ਼ੀਡੈਂਟ ਰਹੇ ਪ੍ਰੈਜ਼ੀਡੈਂਟ ਚੁਣੇ ਗਏ ਸੀ ਉਸ ਫਸਟ ਮੀਟਿੰਗ 'ਤੇ ਉਹਨਾਂ ਨੇ ਇਹਦੀ ਡਿਊਟੀ ਲਾਈ ਵੀ ਤੂੰ ਲਿਖ ਤੂੰ ਇਹ ਪੇਪਰ ਛਾਪ ਅਸੀਂ ਤਾਂ ਇੰਨੇ ਪੜ੍ਹੇ ਲਿਖੇ ਨਹੀਂ ਹੈ ਅਤੇ ਅਖਬਾਰ ਦਾ ਜਿਹੜਾ ਪਹਿਲਾ ਅੰਕ ਪਹਿਲੀ ਅਖਬਾਰ ਜਿਹੜੀ ਕੱਢੀ ਸੀ ਉਹ ਕਰਤਾਰ ਸਿੰਘ ਸਰਾਭਾ ਨੇ ਛਾਪੀ ਸੀ ਉਸ ਤੋਂ ਬਾਅਦ ਵੀ ਛਾਪਦਾ ਰਿਹਾ
कुछ जो कुछ लिखा भी करतार सिंह सराभा ने लिखा।